ਸਤਿ ਸ਼੍ਰੀ ਅਕਾਲ ਜੀ ਵੀਰਿਓ, ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣੇ ਹੋ ਅਤੇ ਸੀਜ਼ਨ ਜ਼ੋਰ ਕਹਿ ਲਈਏ ਆਪਾਂ ਖਤਮ ਹੋ ਚੁੱਕਿਆ ਕੁਝ ਏਰੀਏ ਦੇ ਵਿੱਚ, ਕੁਝ ਏਰੀਏ ਦੇ ਵਿੱਚ ਜ਼ੋਰ 'ਤੇ ਹੀ ਚੱਲਦਾ ਪਿਆ ਜਾਂ ਫਿਰ ਕੁਝ ਦੇ ਵਿੱਚ ਸਟਾਰਟ ਹੋਣਾ ਹੈ ਨਾ। ਅਤੇ ਆਪਣੇ ਵੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ, ਇੱਕ ਆਪਣਾ DI-60 ਸੋਨਾ ਲੀਕਾ ਹੈ ਨਾ, ਉਹ ਵੀ ਹਰਿਆਣੇ ਤੋਂ ਰਾਤੀ ਵਾਪਸ ਆ ਗਿਆ ਇੱਕ, ਅਤੇ ਉਸ ਤੋਂ ਬਾਅਦ ਇੱਕ ਸੋਨਾ ਲੀਕਾ DI-60 ਉਹ ਆਪਣਾ ਲਗਭਗ ਹਫ਼ਤਾ ਪਹਿਲਾਂ ਆ ਗਿਆ ਸੀ ਹੈ ਨਾ। ਦੋਨੋਂ ਟਰੈਕਟਰ ਹਰਿਆਣੇ ਤੋਂ ਵੀ ਵਾਪਸ ਆ ਗਏ ਆ, ਅਤੇ ਜਿਹੜਾ ਪਹਿਲਾਂ ਆ ਗਿਆ ਸੀ ਉਹ ਆਪਾਂ ਨੇ ਇੱਥੇ ਵੀ ਚਲਾਇਆ ਆਪਣੇ ਮਲੇਰਕੋਟਲਾ ਦੇ ਏਰੀਆ ਦੇ ਵਿੱਚ ਵੀ, ਅਤੇ ਨੋਵੋ ਤੁਹਾਨੂੰ ਪਤਾ ਹੀ ਆ ਉਹ ਚੱਲਦਾ ਹੀ ਪਿਆ ਸੀ ਆਪਣੇ ਇਹਦੇ ਵਿੱਚ ਹੈ ਨਾ। ਅਤੇ ਅੰਮ੍ਰਿਤਸਰ ਜਾਣ ਦੀ ਪਲੈਨਿੰਗ ਕਰਦੇ ਪਏ ਸੀ, ਬਟ ਵੇਖਿਆ ਮੈਨੇ ਇੱਥੇ ਏਰੀਆ ਲਗਭਗ ਕੰਮ ਕਾਫੀ ਖਿੱਚਿਆ ਜਾ ਚੁੱਕਿਆ, ਅਤੇ ਮੈਨੂੰ ਲੱਗਦਾ ਵਾਧਾ ਨਹੀਂ ਹੈਗਾ ਹੈ ਨਾ ਇੱਥੇ ਆਉਣ ਦਾ। ਬਾਕੀ ਵੇਖਾਂਗੇ ਥੋੜ੍ਹਾ ਜਿਹਾ ਹੋਰ, ਥੋੜ੍ਹਾ ਹੋਰ ਏਰੀਆ ਘੁੰਮ ਕੇ ਉਮੀਦ ਜਤਾਈ ਜਾ ਸਕਦੀ ਆ ਉਹ ਏਰੀਏ ਦੇ ਵਿੱਚ ਹਜੇ ਕੰਮ ਪਿਆ ਹੋਵੇ ਆਪਣੇ ਇੱਥੋਂ ਲਗਭਗ 60-70 ਕਿਲੋਮੀਟਰ ਦੇ ਕਰੀਬ ਜਿੱਥੇ ਆਪਣੀ ਸਟੇਅ ਕਰੀ ਹੋਈ ਆ ਉੱਥੋਂ, ਠੀਕ ਹੈ। ਜਾਂ ਫਿਰ ਹੋਰ ਏਰੀਆ ਜਿਵੇਂ ਹੁਸ਼ਿਆਰਪੁਰ ਦਾ ਏਰੀਆ, ਉੱਧਰ ਵੀ ਵੀਰੇ ਨਾਲ ਗੱਲ ਚੱਲਦੀ ਪਈ ਆ, ਉੱਧਰ ਨੂੰ ਰੀਪਰ ਕੱਢਾਂਗੇ ਜਿੱਥੇ ਤੱਕ ਉਮੀਦ ਆ। ਚਾਂਸਸ ਇਹੀਓ ਬਣਦੇ ਆ, ਜ਼ਿਆਦਾ ਚਾਂਸਸ ਅੱਜ ਮੇਰਾ ਰਾਊਂਡ ਦੇ ਕੇ ਹੈ ਨਾ, ਚਾਂਸਸ ਇਹੀਓ ਬਣਿਆ ਹਰਿਆਣਾ ਹੁਸ਼ਿਆਰਪੁਰ ਦਾ ਹੀ ਮਨ ਬਣਿਆ ਹੈ ਨਾ। ਅਤੇ ਗੱਲ ਕਰਾਂਗੇ ਆਪਾਂ ਫੀਡਬੈਕ ਦੀ ਅੱਜ ਫਿਰ, ਆਪਣੇ ਮੇਰੇ ਤਾਂ ਹਜੇ ਆਪ ਚੇਤੇ ਵੀ ਨਹੀਂ ਹੈਗਾ ਸੀ, ਮੈਂ ਵਾਪਸੀ ਕਰ ਰਿਹਾ ਸੀ ਮਲੇਰਕੋਟਲਾ ਦੀ, ਅਤੇ ਟ੍ਰੇਨ ਦੇ ਵਿੱਚ ਵੀਰੇ ਦਾ ਫੋਨ ਆ ਗਿਆ ਤਰਨ ਤਾਰਨ ਤੋਂ ਦੀ, ਵੀਰਾ ਅੱਜ ਤੋਂ 6 ਮਹੀਨੇ ਪਹਿਲਾਂ ਹੈ ਨਾ, ਜਦੋਂ ਤਰਨ ਤਾਰਨ ਏਰੀਏ ਦੇ ਵਿੱਚ ਉਹਦੀ ਜੋ ਝੋਨੇ ਦਾ ਪਰਾਲ ਹੁੰਦਾ ਉਹਦੀ ਤੂੜੀ ਬੜੀ ਬਣਦੀ ਆ ਹੈ ਨਾ, ਅਤੇ ਫਿਰ ਉਸ ਵੇਲੇ ਆਪਾਂ ਨੇ ਪੁਲੀਆਂ ਦੀ ਸੈਟਿੰਗ ਕਰਵਾਈ ਸੀ ਆਪਾਂ ਨੇ ਵੀਰੇ ਦੀ ਹੈ ਨਾ, ਝੋਨੇ ਦੀ ਤੂੜੀ ਬਣਾਉਣ ਵਾਸਤੇ ਪੁਲੀਆਂ ਦੀ ਸੈਟਿੰਗ ਵੀਰੇ ਉਸ ਹਿਸਾਬ ਨਾਲ ਵੀ ਹੁੰਦੀ ਆ ਵੀ ਅਸੀਂ ਕਿਹੋ ਜਿਹੇ ਲਾਨ 'ਤੇ ਚਲਾਉਣਾ, ਅਸੀਂ ਸਲਾਬੇ ਲਾਨ 'ਤੇ ਆ ਝੋਨੇ 'ਤੇ ਹੈ ਨਾ, ਜਿਵੇਂ ਥੋੜ੍ਹੀ ਜਿਹੀ ਉਹਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਸਲਾਬ ਹੁੰਦੀ ਆ। ਵੈਸੇ ਤਾਂ ਲੋਕ ਕੀ ਕਰਦੇ ਉਹਨੂੰ ਫਰੋਲ ਫਰੂਲ ਕੇ ਫੇਰ ਚਲਾਉਂਦੇ ਆ, ਬਟ ਐਜ਼ ਕੰਪੇਅਰ ਟੂ ਕਣਕ ਉਹਦੇ ਵਿੱਚ ਜ਼ਿਆਦਾ ਸਲਾਬ ਹੁੰਦੀ ਆ, ਅਤੇ ਸਲਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਸਾਨੂੰ ਚੱਕਰਾਂ ਦੀ ਸੈਟਿੰਗ ਐਡਜਸਟਮੈਂਟ ਕਰਨੀ ਪੈਂਦੀ ਆ, ਠੀਕ ਹੈ। ਉਹਦੇ ਨਾਲ ਟਰੈਕਟਰ ਸਾਡਾ ਸੌਖਾ ਹੋ ਜਾਂਦਾ ਹੈ ਨਾ, ਅਤੇ ਕੰਮ ਸਾਡਾ ਆਊਟਪੁੱਟ ਆ ਜੋ ਜ਼ਿਆਦਾ ਵੱਧ ਜਾਂਦੀ ਹੈ ਹੈ ਨਾ, ਕਿਉਂਕਿ ਇੱਕ ਤਾਂ ਹੁੰਦਾ ਤੁਹਾਨੂੰ ਪਤਾ ਹੀ ਹੈ ਵੀ ਇੱਕ ਤਾਂ ਠੰਡ ਹੁੰਦੀ ਹੈ, ਮਸ਼ੀਨ ਵੀ 10-11 ਵਜੇ ਮਸਾਂ ਹੀ ਚੱਲਦੀ ਹੁੰਦੀ ਆ ਉਸ ਵੇਲੇ, 10-11 ਤੋਂ ਵੀ ਬਾਅਦ ਹੀ ਦੁਪਹਿਰ ਨੂੰ ਹੀ ਚੱਲਦੀ ਆ, ਠੀਕ ਹੈ। ਅਤੇ ਸ਼ਾਮੀ ਵੀ ਜਲਦੀ ਹੀ ਬੰਦ ਹੋ ਜਾਣੀ ਹੈ ਨਾ। ਵੀਰੇ ਦਾ ਫੀਡਬੈਕ ਆਇਆ, ਹਾਲਾਂਕਿ ਉਹੀ ਵੀਡੀਓ ਵੇਖ ਕੇ ਹੀ ਪਹਿਲਾਂ ਵਾਲੀ ਪਾਰਟ 1 ਵਾਲੀ ਵੀਡੀਓ ਵੇਖ ਕੇ ਵੀਰੇ ਨੇ ਫੋਨ ਕਰਿਆ ਹੋਣਾ, ਹੋ ਸਕਦਾ ਵੀ ਚਲ ਯਾਦ ਕਰ ਲਈਏ ਹੈ ਨਾ। ਵੀਰੇ ਦੇ ਆਪਾਂ ਨੇ ਪੁਲੀਆਂ ਸੈਟਿੰਗ ਕਰਵਾਈ ਸੀ ਕਾਫੀ, ਅਤੇ ਹੋਰ ਕਾਫੀ ਨੌਲੇਜ ਉਹਨਾਂ ਨਾਲ ਸਾਡੀ ਵਾਰਤਾਲਾਪ ਹੋਈ ਅਤੇ ਵਿਚਾਰ ਸਾਡੇ ਸਾਂਝੇ ਹੋਏ ਹੈ ਨਾ। ਅਤੇ ਵੀਰੇ ਦਾ ਫੀਡਬੈਕ ਸੀਗਾ ਵੀ ਬਹੁਤ ਹੀ ਵਧੀਆ ਜ਼ਬਰਦਸਤ ਪਰਫੋਰਮੈਂਸ ਆ ਟਰੈਕਟਰ ਦੀ ਰੀਪਰ ਦੇ ਉੱਪਰ, ਅਤੇ 3-4 ਦੇ ਵਿੱਚ ਡੀਜ਼ਲ ਵੇਰੀ ਕਰਦਾ ਪਿਆ ਹੈ ਨਾ। ਉਹੀ ਆਪਾਂ ਨੂੰ ਪਤਾ ਹੀ ਆ, ਸਾਰੇ ਜਾਣੂ ਹੀ ਹਾਂ, ਜਿਵੇਂ ਸੁੱਕਾ ਲਾਉਣਾ ਜਾਵੇ ਫਿਰ 3 ਨੂੰ ਆਉਣ ਲੱਗ ਜਾਂਦਾ, ਜੇ ਆਪਾਂ ਗਿੱਲੇ 'ਚ ਚਲਾਈਏ ਤਾਂ 4 ਨੂੰ ਟੱਚ ਕਰਨ ਲੱਗ ਜਾਂਦਾ, ਠੀਕ ਹੈ। 3-4 ਦੇ ਵਿੱਚ ਵੇਰੀ ਕਰਦਾ ਪਿਆ। ਅਤੇ ਟਰਾਲੀ ਦੀ ਟਾਈਮਿੰਗ 25 ਮਿੰਟਾਂ ਦੀ ਆ, ਠੀਕ ਹੈ। 25 ਮਿੰਟਾਂ ਦੇ ਵਿੱਚ ਟਰਾਲੀ ਫੁੱਲ, ਉਸ ਤੋਂ ਪਹਿਲਾਂ ਡੀਜ਼ਲ ਬਾਰੇ ਗੱਲ ਹੋਈ, ਪਹਿਲਾਂ ਪੁਲੀ ਸੈਟਿੰਗ ਕਰਨ ਤੋਂ ਪਹਿਲਾਂ ਡੀਜ਼ਲ ਤਾਂ ਉਹ ਇੰਨਾ ਹੀ 3-4 ਦੇ ਵਿੱਚ ਹੀ ਖਾਂਦਾ ਸੀ, ਬਟ ਟਾਈਮਿੰਗ ਪਲੱਸ ਟਰਾਲੀ ਭਰਨ ਕੰਮ ਮਤਲਬ ਕਿ ਕੰਮ ਘੱਟ ਕਰ ਟਰੈਕਟਰ, ਜਿਹੜਾ ਟਰੈਕਟਰ 14-15 ਟਰਾਲੀਆਂ ਕਰਦਾ ਸੀ ਉਹ ਹੁਣ 20 ਟਰਾਲੀਆਂ ਜਾਂ 20 ਪਲੱਸ ਹੈ ਨਾ ਕਰਨ ਲੱਗ ਗਏ, ਮਤਲਬ ਪਰ ਡੇ ਦੀਆਂ 5 ਟਰਾਲੀਆਂ ਉਹਨੇ ਵਧਾ ਦਿੱਤੀਆਂ ਨੇ ਇੱਕ ਥੋੜ੍ਹੀ ਜਿਹੀ ਐਡਜਸਟਮੈਂਟ ਦੇ ਨਾਲ, ਠੀਕ ਹੈ। ਅਤੇ ਆਓ ਹੁਣ ਸੁਣਦੇ ਹਾਂ ਆਪਾਂ ਉਹੀ ਵੀਰੇ ਦੇ ਮੂੰਹ ਹੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਜੀ? ਠੀਕ ਹੈ ਵੀਰੇ, ਕਿਰਪਾ ਮਾਲਕ ਜੀ, ਤੁਸੀਂ ਦਿਓ ਖਬਰਾਂ ਕਿੱਦਾਂ? ਚਲੋ, ਵੈਸੇ ਤਾਂ ਤੁਹਾਨੂੰ ਪ੍ਰੋਫੈਸਰ ਸਾਹਿਬ ਵੀ ਕਹਿ ਸਕਦੇ ਆ, ਪਛਾਣਿਆ ਨਹੀਂ ਹੋਣਾ ਤੁਸੀਂ, ਮੈਂ ਤਰਨ ਤਾਰਨ ਤੋਂ ਬੋਲਦਾ ਪਿਆ। ਓਕੇ ਜੀ, ਹਾਂ, ਕੀ ਹੈ, ਰੀਪਰ ਲਿਆਉਣਾ ਸੀ ਤਾਂ ਉਦੋਂ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਸੀ। ਓਕੇ ਜੀ, ਓਕੇ, ਠੀਕ ਹੈ। ਤੁਹਾਡੇ ਮੈਥਡ ਮੁਤਾਬਕ ਅਸੀਂ ਪਾਈਆਂ ਸੀ ਪੁੜੀਆਂ 10-11 ਨੂੰ।
ओके जी ठीक है, ठीक हाँ जी हाँ जी, ते ठीक है जी, ठीक है। हाँ हाँ ड्राइवर रीपर पहला बदलिया ही होर ही वो 61 इंच ही वह पूरा तजर्बा नहीं ही इतने ओके फिर जी, ठीक जिदा है। जिदा तुम बनाया मैं उस हिसाब ना कढ़िया ही घरे कढ़ के चलाइया सोहना चलन डिया वा पंजी एक मिनट। मिनट यार, मिनट एक मिनट। हाँ जी वीरे, हुण दस्सियो। हाँ जी मैं भी सोहना चलता पाया जेडे हिसाब तुम दसिया ही ना। जी ठीक है जी, ठीक है। हाँ जी हाँ जी 5 मिनट लेंदा 5 मिनट 2 घंटे 12-6 ਦੀਆਂ ਟਰਾਲੀਆਂ 12-6 ਦੀਆਂ ਟਰਾਲੀਆਂ 25 ਮਿੰਟ ਦੇ ਵਿੱਚ ਫੁੱਲ ਕਰੀ ਜਾਂਦਾ। ਟਾਈਮਿੰਗ ਹੋ ਗਈ ਡੀਜ਼ਲ ਤੇ ਡੀਜ਼ਲ ਟਰੈਕਟਰ 9-11 ਦੇ ਤੇ 3 ਕੁ ਲੀਟਰ ਲੈਂਦਾ 3-4 ਲੀਟਰ 3-4 ਜੀ 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 ਠੀਕ ਹੈ ਜੀ, ਠੀਕ ਹੈ ਠੀਕ ਹੈ, ਚਲੋ ਵਧੀਆ। ਠੀਕ ਹੈ ਜ਼ਿਆਦਾ ਤਾਂ ਨਹੀਂ ਨਹੀਂ, ਬਹੁਤ 4 ਲੀਟਰ ਤੋਂ ਅੰਦਰ ਅੰਦਰ ਡੀਜ਼ਲ ਖਾਂਦਾ ਟਰੈਕਟਰ, ਉਹ ਵੱਧ ਸਿਰ ਆ ਕਿਉਂਕਿ ਇਸ ਵਾਰ ਲਾਣ ਵੀ ਹਰੇ ਆ ਨਾ, ਕਾਫੀ ਹਰਿਆਲੀ ਇਹਨਾਂ ਚ। ਹਾਂ ਹਾਂਜੀ ਹਾਂ, 4 ਲੀਟਰ ਤੋਂ ਅੰਦਰ ਡੀਜ਼ਲ ਖਾਂਦਾ ਤਾਂ ਵੱਧ ਸਿਰ ਆ, ਜੇ 4 ਤੋਂ ਵਧਾਉਂਦਾ ਨਾ ਫਿਰ ਉਹ ਆਪਾਂ ਕਹਿ ਲਈਏ ਘਾਟੇ ਵਾਲਾ ਸੌਦਾ, ਵੀ ਡੀਜ਼ਲ ਵੱਧ ਖਾ ਰਿਹਾ ਆਪਣਾ ਟਰੈਕਟਰ। ਹਾਂਜੀ ਹਾਂਜੀ ਹਾਂ ਡੀਜ਼ਲ ਪਤਾ ਨਹੀਂ ਪਹਿਲਾਂ ਪਹਿਲੇ ਨਾਲ ਨਹੀਂ ਸਾਡੇ ਚੱਕਰ ਚੁੱਕਰ ਵਾਲੇ ਜਾ ਆਪਦੇ ਜੀ 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 ਠੀਕ ਤੇ ਹੈ ਉਹ ਚਲੋ ਡੀਜ਼ਲ ਤੇ ਨਹੀਂ ਟਰੈਕਟਰ ਉਦੋਂ ਵੀ ਇੰਨਾ ਖਾਂਦਾ ਓਕੇ ਜੀ ਮੈਨੂੰ ਉਹ ਨਾ ਟਰਾਲੀਆਂ ਨਹੀਂ ਇੰਨੀਆਂ ਬਣਾਉਂਦਾ ਹੁੰਦਾ ਹੁਣ ਤਾਂ ਦਿਹਾੜੀ ਦੀਆਂ ਵੀ ਬਣਦੀਆਂ ਪਈਆਂ ਉਦੋਂ ਤਾਂ ਹੀ ਰਹਿ ਜਾਂਦੇ ਨੇ 15-16 ਜੀ। ਓਕੇ ਜੀ ਓਕੇ ਠੀਕ ਹੈ, ਡੀਜ਼ਲ ਉਦੋਂ ਵੀ ਠੀਕ ਸੀ ਬਟ ਟਰਾਲੀਆਂ ਨਹੀਂ ਸਾਹਮਣੀ ਹੁੰਦਾ ਪਿਆ ਸੀ। ਹਾਂ ਡੀਜ਼ਲ ਦੇ ਕਾਹਲੋ ਵੈਸੇ ਜਿੰਨਾ ਟਰੈਕਟਰ ਦੀ ਸੈਟਿੰਗ ਹੁੰਦੀ ਹੈ ਨਾ ਹਾਂਜੀ ਹਾਂ ਨਹੀਂ ਜਾਂ ਕਿੱਦਾਂ ਕਰਕੇ ਵੀ ਸੋਹਣਾ ਚੱਲਦਾ ਪਿਆ ਤਾਂ ਮੈਂ ਬੈਠਾ ਹਾਂ ਤਾਂ ਮੈਂ ਚਲੋ ਤੁਹਾਡਾ ਧੰਨਵਾਦ ਕਰ ਦਈਏ ਫਿਰ ਵੀ ਬਿਲਕੁਲ ਜੈਕਟ ਬਿਲਕੁਲ ਬਣਾਇਆ ਤੇ। ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਖੁਸ਼ੀ ਹੋਈ ਹੈ ਮੈਨੂੰ, ਚੰਗਾ ਲੱਗਿਆ ਚਲੋ ਤੁਸਾਂ ਨੇ ਯਾਦ ਕਰਿਆ। ਵੈਸੇ ਜਦੋਂ ਲਾਣ ਵਾਲੀ ਲਿਟ ਵਾਲੀ ਲੀਹ ਤੇ ਚਲਾਉਣੇ ਆ ਤਾਂ ਉਦੋਂ ਪਰਫਾਰਮੈਂਸ ਕਿੱਦਾਂ ਦੀ ਆ? ਵਧੀਆ ਵਾ ਵੀਰੇ, ਬਹੁਤਾ ਨਹੀਂ ਕੋਈ ਕਲੱਚ ਕਲੁਚਾ ਨੂੰ ਦੇਣਾ ਪੈਂਦਾ, ਉਹ ਇਹਦਾ ਤੋਰਾ ਵੀ ਘੱਟ ਹੀ ਹੁੰਦਾ ਨਾ, 9-11 ਦਾ ਤੋਰਾ ਘੱਟ ਹੀ ਆ। ਦੂਜੇ ਗੇਅਰ 'ਚ ਅਸੀਂ ਚਲਾਉਣ ਡਏ ਹਾਂ ਤੇ ਦੂਜੇ ਗੇਅਰ 'ਚ, ਹਾਂ ਨਾ ਮੈਂ ਤੀਜੇ 'ਚ ਸਹੀ ਮੰਨਦਾ ਪਰਫਾਰਮੈਂਸ ਨਾ ਪਹਿਲੇ 'ਚ, ਤਾਂ ਦੂਜੇ 'ਚ ਦਰਮਾਨ ਆਉਂਦਾ ਵਾ ਤੇ ਓਕੇ ਜਿੱਥੇ ਲਾਣ ਜ਼ਿਆਦਾ ਜਿੱਦਾਂ ਪਹਿਲੇ ਦਿਨ ਸੀ ਨਾ ਜਦੋਂ ਗਿੱਲਾ ਸੀ ਉਦੋਂ ਪਹਿਲੇ 'ਤੇ ਚੱਲਦਾ ਸੀ। ਓਕੇ ਜੀ ਓਕੇ ਠੀਕ ਹੈ ਠੀਕ ਹੈ। ਹਾਂ ਉਹ ਇੱਦਾਂ ਦੀਆਂ ਕਣਕਾਂ ਕਹਿ ਲਓ ਵੀ ਜਿੱਦਾਂ ਅੱਜ ਵੱਢੀ ਆ, ਇੱਕੋ ਆਪਾਂ ਪਵੇ ਅੱਜ ਵੱਢੀ ਤਾਂ ਪਰਸੋਂ ਨੂੰ ਬਣਾਉਣ ਡਿਆ ਹੋਈਏ ਜੀ। ਠੀਕ ਹੈ ਠੀਕ ਹੈ, ਕਾਫੀ ਚੰਗਾ ਲੱਗਾ ਮੈਨੂੰ ਕਿਉਂਕਿ ਮੇਰੇ ਤਾਂ ਯਾਦ ਚੇਤੇ ਵੀ ਨਹੀਂ ਹੈਗਾ ਸੀ, ਅੱਜ ਤੋਂ 6 ਮਹੀਨੇ ਪਹਿਲਾਂ ਹੀ ਕਈ ਵਾਰ ਗੱਲ ਹੋਈ ਸੀ ਵੀਰੇ ਦੇ ਨਾਲ ਇਹਦੇ ਨਾਲ, ਤੇ ਇਹਨਾਂ ਨੇ ਚਲੋ ਯਾਦ ਕਰਿਆ, ਖੁਸ਼ੀ ਵੀ ਹੋਈ ਆਪਾਂ ਨੂੰ ਮਨ ਨੂੰ ਹੈ ਨਾ ਵੀ ਚਲੋ ਕੋਈ ਆਪਾਂ ਨੂੰ ਕਿਸੇ ਨੇ ਯਾਦ ਕਰਿਆ ਹੈ ਨਾ। ਅਤੇ ਟਾਈਮਿੰਗ ਦੇਖੋ 25 ਦੀ ਦੱਸਿਆ ਇਹਨਾਂ ਨੇ ਵੀਰੇ ਨੇ, ਅਤੇ ਉਸ ਤੋਂ ਬਾਅਦ ਡੀਜ਼ਲ 3-4 ਆ, ਟਾਈਮਿੰਗ ਨੇ ਹੀ ਆਪਣਾ ਡੀਜ਼ਲ ਸੇਵ ਕਰਨਾ ਕਿਉਂਕਿ ਅਗਰ 3-4 ਮਿੰਟ ਟਰੈਕਟਰ ਵੱਧ ਚੱਲ ਗਿਆ ਉਹਨੇ ਕਾਫੀ ਡੀਜ਼ਲ ਖਾ ਜਾਣਾ, 300-400 ਗ੍ਰਾਮ ਦੇ ਕਰੀਬ ਡੀਜ਼ਲ ਖਾ ਜਾਣਾ ਹੈ ਨਾ, ਉਹੀ ਉਹਨੇ ਫਿਰ ਆਪਣਾ ਸਾਰੀ ਐਵਰੇਜ ਦਾ ਜੋ ਖਰਾਬ ਕਰੀ ਜਾਂਦਾ ਹੁੰਦਾ ਹੈ ਨਾ। ਅਤੇ ਹੋਰ ਚੀਜ਼ਾਂ ਕਾਫੀ ਮੈਟਰ ਕਰਦੀਆਂ ਨੇ, ਘੇਰਾ ਬਗਲਣਾ ਮੈਟਰ ਕਰਦਾ ਹੈ ਨਾ, ਜਾਂ ਫਿਰ ਵਿੱਚ ਲੋਕ ਕੀ ਕਰਦੇ ਆ ਜਿਵੇਂ ਕਿ ਜੇ ਅਗਰ 7 ਫੁੱਟ ਜਾਂ 7.5 ਫੁੱਟ ਕੱਟਰ ਹੈ ਨਾ, ਤੁਸੀਂ ਘੇਰਾ 4 ਗੇੜੇ ਬਸ 4 ਗੇੜੇ ਆਉਂਦੇ ਆ ਵਿਚਾਲੇ, ਉਹਨਾਂ ਨੂੰ ਅੰਦਾਜ਼ੇ ਦੇ ਨਾਲ ਵੀ 4 ਗੇੜੇ ਵਿਚਾਲੇ ਆਉਣ, ਫਿਰ ਘੇਰਾ ਬਗਲ ਲਓ, ਟਰੈਕਟਰ ਨਾਲ ਦੀ ਨਾਲ ਹੀ ਮੁੜੀ ਜਾਊਗਾ। ਜੇ ਟਰੈਕਟਰ ਹਰੇਕ ਗੇੜੀ ਹੈ ਨਾ ਉੱਧਰ ਨੂੰ ਵੀ ਖਾਲੀ ਜਾਂਦਾ ਅਤੇ ਉੱਧਰ ਨੂੰ ਵੀ ਖਾਲੀ ਜਾਂਦਾ ਹੈ ਨਾ, ਉਹ 3-4 ਮਿੰਟ ਵੱਧ ਚਲੇ ਜਾਣਾ, 3-4 ਮਿੰਟਾਂ ਦੇ ਵਿੱਚ 1600 ਚੱਕਰਾਂ 'ਤੇ 1700 ਚੱਕਰਾਂ 'ਤੇ ਚੱਲਦਾ ਪਿਆ ਟਰੈਕਟਰ ਨੇ ਡੀਜ਼ਲ ਵੱਧ ਖਾ ਕੇ ਜਾਣਾ ਹੈ ਨਾ। ਵੀ ਕਹਿ ਲਈਏ 50-50% ਆ ਬੰਦੇ ਦੇ ਹੱਥ ਵੀ ਕਾਫੀ ਹੈ, ਕਾਫੀ ਕੁਝ ਹੈ ਡੀਜ਼ਲ ਸੇਵ ਕਰਨਾ, ਡਰਾਈਵਰ ਦੇ ਹੱਥ ਕਹਿ ਲਓ ਹੈ ਨਾ। ਅਤੇ ਦੂਸਰਾ ਨੰਬਰ ਸੈਟਿੰਗ ਹੈ, ਅਗਰ ਸੈਟਿੰਗ ਨਹੀਂ ਹੈਗੀ ਤਾਂ ਜਿੱਦਾਂ ਦਾ ਮਰਜ਼ੀ ਡਰਾਈਵਰ ਬਿਠਾ ਦਿਓ ਹੈ ਨਾ, ਉਹ ਕੁਝ ਨਹੀਂ ਕਰ ਸਕਦਾ ਹੈਗਾ ਠੀਕ ਹੈ, ਕਿਉਂਕਿ ਟਰੈਕਟਰ ਨੇ ਦਬੀ ਜਾਣਾ ਅਤੇ ਦਬ ਦਬ ਉੱਠੀ ਜਾਣਾ ਹੈ ਨਾ, ਜਦੋਂ ਦਬ ਦਬ ਉੱਠਦਾ ਹੁੰਦਾ ਫਿਰ ਉਦੋਂ ਡੀਜ਼ਲ ਕੰਜਪਸ਼ਨ ਜੋ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਜਦੋਂ ਇੱਕ ਲੈਅ ਦੇ ਵਿੱਚ ਚੱਲਦਾ ਹੈ ਨਾ ਅਤੇ ਉਹ ਹੈ ਨਾ ਕੀ ਕਹਿੰਦੇ ਆ ਉਹ ਸੈੱਟ ਰਹਿੰਦਾ ਗਾ ਠੀਕ ਹੈ। ਇਹ ਵੀਰਾ ਸੀਗਾ ਜੋ ਅੱਜ ਤੋਂ 6 ਮਹੀਨੇ ਆਪਣੇ ਸੈਟਿੰਗ ਕਰਵਾਈ ਸੀ ਇੱਕ। ਹਾਂਜੀ ਵੀਰੇ, ਇੱਕ ਅੱਜ ਦੁਪਹਿਰੇ ਹੀ ਪੂਲੀ ਪਾਈ ਆ ਬੰਦੇ ਨੇ ਵੀਰੇ ਨੇ ਜੋਡੀਅਰ ਟਰੈਕਟਰ ਦੀ, ਅਤੇ ਲਗਭਗ 3-4 ਦਿਨ ਹੋ ਗਏ ਉਹਨਾਂ ਨਾਲ ਮੇਰੀ ਗੱਲ ਹੋਈ ਨੂੰ, ਅਤੇ ਉਹਨਾਂ ਨੂੰ ਮੈਨੇ ਪੁਲੀ ਬਣਾ ਕੇ ਦਿੱਤੀ ਸੀ 15.5 ਦੀ ਪੁਲੀ ਹੈ ਨਾ, 15.5 ਦੀ ਪੁਲੀ ਨਾਲ ਉਹਨਾਂ ਦੇ ਸੈਟਿੰਗ ਬਹੁਤ ਬੈਠਦੀ ਪਈ ਸੀ ਚੱਕਰਾਂ ਦੀ, ਬਹੁਤ ਜ਼ਬਰਦਸਤ ਮੇਰਾ ਮਨ ਕਹਿੰਦਾ ਵੀ ਪਰਫੋਰਮੈਂਸ ਹੋਣੀ ਸੀ ਹੈ ਨਾ,
ਬਟ ਉਹ ਮਾਰਕੀਟ ਦੇ ਵਿੱਚ ਫਿਰੇ ਅਤੇ ਉਹਨਾਂ ਨੂੰ 15.5 ਦੀ ਨਹੀਂ ਮਿਲੀ ਅਤੇ 15 ਦੀ ਮਿਲਦੀ ਪਈ ਸੀ ਅਤੇ ਵੀਰੇ ਨੇ ਮੈਨੂੰ ਫਿਰ ਬੈਕ ਕਾਲ ਕਰੀ ਵੀ 15 ਦੀ ਮਿਲਦੀ ਪਈ ਆ ਵੀ ਪਾ ਲਈਏ ਮੈਂ ਕਿਹਾ ਪਾ ਲਓ ਫਿਰ ਠੀਕ ਹੈ ਜੇ ਥੋੜ੍ਹੀ ਜਿਹੀ ਐਡਜਸਟਮੈਂਟ ਦੀ ਲੋੜ ਪਈ ਆਪਾਂ ਮਗਲੀ ਕੁੜੀ ਦੇ ਵਿੱਚ ਕਰ ਦਾਂਗੇ ਮੈਨੇ ਉਹਨੂੰ ਆਖਿਆ ਵੀ ਅਵਲਾ ਤਾਂ ਲੋੜ ਪੈਣੀ ਹੀ ਨਹੀਂ 15 ਦੀ ਨਾਲ ਵੀ ਜ਼ਬਰਦਸਤ ਪਰਫੋਰਮੈਂਸ ਰਹੂ ਅਤੇ ਹੋ ਸਕਦਾ ਵੀ ਟਾਈਮਿੰਗ 1 ਤੋਂ 2 ਮਿੰਟ ਜਾਂ 3 ਮਿੰਟ ਵੱਧ ਤੋਂ ਵੱਧ ਟਰੈਕਟਰ ਹੈ ਜੋ ਵਧਾ ਦੇਵੇ ਟਰਾਲੀ ਭਰਨ ਦੀ ਬਟ ਹੋਰ ਕੋਈ ਚੀਜ਼ 'ਤੇ ਫਰਕ ਨਹੀਂ ਪੈਣਾ ਸੀ ਹਾਂ ਅਤੇ ਵੀਰੇ ਨਾਲ ਗੱਲ ਹੋਈ ਉਹ ਵੀ ਤੁਹਾਨੂੰ ਰਿਕਾਰਡਿੰਗ ਸੁਣਾਵਾਂਗੇ ਥੋੜ੍ਹਾ ਜਿਹਾ ਮੈਂ ਮੋਟਾ ਮੋਟਾ ਜਿਹਾ ਦੱਸ ਦੇਵਾਂ ਅਤੇ ਵੀਰੇ ਦੀ ਟਾਈਮਿੰਗ ਦੱਸਾਂ ਵੀ ਹੈਰਾਨੀਜਨਕ ਹੀ ਹੈ 20-22 ਮਿੰਟਾਂ ਦੀ ਟਾਈਮਿੰਗ ਆਉਂਦੀ ਹੈ ਜਾਉਂਦੀ ਹੈ ਟਰੈਕਟਰ 'ਤੇ ਅਤੇ ਬਹੁਤ ਹੀ ਵਧੀਆ ਪਰਫੋਰਮੈਂਸ ਆ ਅਤੇ ਅੱਜ ਦੁਪਹਿਰੇ ਹੀ ਉਹਨੇ ਚਲਾਇਆ ਬਟ ਡੀਜ਼ਲ ਐਵਰੇਜ ਦਾ ਨਹੀਂ ਹਜੇ ਪਤਾ ਲੱਗਾ ਹੈਗਾ ਉਹ ਹੁਣ ਕੱਲ੍ਹ ਪਤਾ ਲੱਗੇਗਾ ਕਿਉਂਕਿ ਅੱਗੇ ਤਾਂ ਕਹਿੰਦੇ ਸੀ ਵੀ 14-15 ਟਰਾਲੀਆਂ ਮਹਾਂ ਭਰਦਾ ਸੀ ਉਹ ਵੀ ਅੜਿੰਗ ਕੀ ਕਹਿੰਦੀਏ ਅਤੇ ਹੁਣ ਅੱਜ ਟਰੈਕਟਰ ਚੱਲਦਾ ਪਿਆ ਬਹੁਤ ਹੀ ਵਧੀਆ ਚੱਲਦਾ ਪਿਆ ਵੀਰੇ ਨੇ ਦੱਸਿਆ ਉਮੀਦ ਕਰਦੇ ਹਾਂ ਵਾਰਤਾਲਾਪ ਕਰਕੇ ਥੋੜ੍ਹਾ ਚੰਗਾ ਲੱਗਿਆ ਹੋਣਾ ਤੁਹਾਨੂੰ ਅਤੇ ਤੁਸਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸਣਾ ਵੀ ਕਿਹੜੇ ਕਿਹੜੀ ਜਗ੍ਹਾ 'ਤੇ ਤੁਸਾਂ ਨੇ ਰੀਪਰ ਚਲਾਇਆ ਅਤੇ ਕਿੰਨੀਆਂ ਕਿੰਨੀਆਂ ਟਰਾਲੀਆਂ ਬਣਾ ਦਿੱਤੀਆਂ ਹੈ ਨਾ ਕਿਸੇ ਨੇ ਜੇ ਇੱਕ ਏਰੀਏ ਦੇ ਵਿੱਚ ਚਲਾਇਆ ਮੰਨ ਲਓ ਜੇ ਹਰਿਆਣੇ ਦਾ ਬੰਦਾ ਤਾਂ ਹਰਿਆਣੇ 'ਚ ਚਲਾਇਆ ਉਹਨੇ ਕਿੰਨੀਆਂ ਬਣਾ ਦਿੱਤੀਆਂ 250 ਬਣਾ ਦਿੱਤੀ ਹੈ 300 ਬਣਾ ਦਿੱਤੀ ਹੈ ਜਾਂ ਕੋਈ ਇੱਦਾਂ ਕੋਈ ਬੰਦਾ ਪੰਜਾਬ ਵਾਲਾ ਬੰਦਾ ਤਾਂ ਪੰਜਾਬ ਦੇ ਵਿੱਚ ਇਕੱਲੇ 'ਚ ਕਿੰਨੀ ਬਣਾਈ ਆ ਉਹਨੇ ਠੀਕ ਹੈ ਜਾਂ MP ਤੋਂ ਲੈ ਕੇ ਹਰਿਆਣਾ ਫਿਰ ਪੰਜਾਬ ਵੀ ਇਹ 3 ਜਗ੍ਹਾਵਾਂ 'ਤੇ ਉਹਨਾਂ ਨੇ ਕਿੰਨੀ ਬਣਾਈ ਆ ਤੁਸਾਂ ਨੇ ਇਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ।